ਆ ਟੁਰੀ ਆ ਟੁਰੀ ਆ ਟੁਰੀ ਜਾਨੀ ਹੈਗੀਆਂ ਪਤਾ ਨਹੀਂ ਲੱਕੜਾ ਕਿੰਨੇ ਸਟਾਈਆਂ ਨੇ ਇੱਥੇ ਉਹ ਬੇਵਕੂਫ ਦੀ ਬੱਚੀ ਆ ਇਹ ਲੱਕੜੀ ਮੈਂ ਸਟਾਈਆਂ ਨੇ ਤੈਨੂੰ ਕੀ ਲੋੜ ਬਣੀ ਕਲੋਦੀ ਇਹ ਲੱਕੜਾ ਸਟਾਵਨ ਦੀ ਪਾਗਲ ਤਾਂ ਨਹੀਂ ਹੋ ਗਈ ਐ ਉਹ ਜਦੋਂ ਗਰੀਬਾਂ ਦੇ ਵਿੱਚ ਰਵੀਏ ਤੇ ਗਰੀਬਾਂ ਵਾਲਾ ਪੂਰਾ ਬੇਸ ਕਰਕੇ ਰਵਣਾ ਪੈਂਦਾ ਇਹ ਲੱਕੜੀ ਸਟਾਈਆਂ ਲੋਕਾਂ ਨੂੰ ਪਤਾ ਲੱਗੇ ਕਿ ਐਮਪੀਏ ਸਾਹਿਬ ਨੇ ਟਾਲ ਬਣਾ ਲਈ ਐ ਲੋਕੀ ਮੇਰੇ ਕੋਲ ਆ ਕੇ ਲੱਕੜੀਆਂ ਵੀ ਲੈ ਸਨ ਤੇ ਨਾਲੇ ਆਪ ਨੂੰ ਹਮਦਰਦੀ ਮਿਲ ਸੀ ਹਾਂ ਹਮਦਰਦੀ ਮਿਲ ਸੀ ਪਈ ਐਨੀ ਤੇ ਗਰਮੀ ਦੇ ਵਿੱਚ ਹਮਦਰਦੀ ਮਿਲਦੀ ਪਈ ਐ ਤੈਨੂੰ ਉਹ ਤਾਂ ਸਹੀ ਵਾਲ ਦੇ ਵਿੱਚ ਕੋਠੀ ਚ ਰਹਿੰਦੀ ਪਈ ਐ ਇਸ ਯਾਰ ਸਕੂਨ ਨਾਲ ਸੰਦੀ ਆਈ ਐ ਤੇ ਧੁੱਪ ਦੇ ਵਿੱਚ ਕਿੱਕਰ ਠਪਾਣਾ ਪੈਂਦਾ ਗਈ ਤੂੰ ਤੱਤੀ ਲੋ ਲੱਗਦੀ ਤੇ ਮੂੰਹ ਨੂੰ ਲੱਗਦੀ ਐ ਐ ਤੂੰ ਤੱਤੀ ਲੋ ਲੱਗਦੀ ਤੇ ਮੂੰਹ ਨੂੰ ਲੱਗਦੀ ਐ गुस्ताखी कर रहे मेरी शान मेरी इंसल्ट कर रहे हैं तेरा मैं सेक्रेटरी है ना जो पिछला इलेक्शन होया घपले तोए मारे आवाम मैनू छिलिया उदो दे मेरे लाके टंबे लगे हाली तक मैं ताब नहीं आया ओए पुत्र पैसा हर दर्द दी दुआ है तू मेरे कोल दोबारा आ मैं तेरा इलाज करवा सा लंदन विच्चो ओ पहलू तू अमीर है उदो तू मेरा इलाज करा सकना है हुन तू आ भोग तू लीरा खांदा पिया हुन तू मेरा की इलाज करावना ते नाले साडे गरीबां च रह रहे हैं आ तेरी औकात एमपीए साहब दी लग गया ना तीर निशाने ते हां ओए भूतनिया मेरे आ छोटे आ वीरा ओए मेरे आ पुत्रा ओए आपा इस वारी इलेक्शन जितांगे ना ते मोड़ मैं तेरा इलाज करवा सा भरपूर तरीके नाल ओ मैनू उम्मीद कोई नहीं तू जित से हर बंदे नाल तो दो लंबरी करेना ते मैनू जावण दे मेरा काम त्री ते मेरा राह ना डक कोई गल नहीं गफा हो जा इथे गंद ना मारी खलोता हूं जांदा पिया मैं कहदा तेरे कोल खलोता शक्ल जई जा बहुत बदतमीज लो अपने गरीब ये हाल है एमपी साहब ठीक है जी ठीक है ओ शौकी बिरा ओ वेख भूतना तेरी वाई नु मले जंदे भाई तेरी गोल करू होई ओनु रोक लगे बंदिया इस बात तमीज नु होर दे वाई काई लब्बी अगे साडी फसल चाज दी होंदी नहीं पई ए विच हाग आ के तरकाई जांदा अगे चलना ना कर मेरे नाल अगा ठोरम जी एनु आंदे नी सियासत पेशाब करना चाहिए वाढ़ के माल नू पहने मेरी भैन काम त्री त्याई मैनू पता ही नहीं रहा तुहाडी जमीन है कि किसे होर दी है डको खा ओ अच्छा जी मैं जानना हाथ ना चावे मेरे का हाथ ना चावे दोबारा मैं तेनू इथे ना देखनी तो मैं तेनू गोना कर देवणा बेगैरत ना होवे तो गोना ना करी मैं गोना बड़ा कोड़ा लगना अगा जाके दाई सलवार तरकाना ते साडी भोए भी तरकाना नहीं के देखो अच्छे जमाने दी ना होवे अजा आ गया कि इथे ही विचे निकलदा है जी विचे निकल गया ना मैं आदी सलवार दो भी लई सता इनू मैं नहीं आंदा मैंने दो दे तू जाना इथे ओ लईसा मुंह तो मुछा रख लंदे ने कोड़े मुंह वाला कली कोई नहीं चल बेटो आज तो बाद ना उठिए मैं सियासत नहीं पता तू औरत है तेनू सियासत का नहीं पता मैं सियासत हुण करनी है हर गल ते बाहर निकला दलील दे बच्चे आ वे कमीने आ वे चवला वे नास पिटिया वे बाहर निकल वे तेरे नाल निपड़ लैने आ शाह
ਸ਼ਰਾਫਤ ਨਾਲ ਆਪਣਾ ਲੋਟਾ ਫੜ ਤੇ ਕਿਸੇ ਹੋਰ ਜਗ੍ਹਾ ਜਾ। ਇਧਰ ਦਾ ਵੀ ਲੱਤ ਬੰਨ ਦੇ ਸਮੇ। ਓਹੋ ਚੁੱਪੀ ਸਾਹਿਬ, ਐਵੇਂ ਤੁਸੀਂ ਮੇਰੀ ਲੱਤ ਬੰਨ ਦੱਸੋ? ਅੱਗੇ ਤਾਂ ਅੱਜ ਤੱਕ ਤੁਸੀਂ ਮੈਨੂੰ ਕਦੀ ਨਹੀਂ ਰੋਕਿਆ, ਅੱਜ ਤੱਕ ਕੀ ਹੋਰ ਕੀਤੀ ਖਲੇ ਉਹ? ਖੈਰ ਏ ਮੈਂ ਪਿਆ ਨਾ ਇੱਥੋਂ ਦਫਾ ਹੋ ਜਾ। ਹਾਂ ਤੈਨੂੰ ਸਾਡੀ ਜਗ੍ਹਾ ਲੱਭਦੀ ਆ ਗੰਦ ਮਾਰਨ ਵਾਸਤੇ। ਓਹੋ ਤੁਹਾਡੀ ਜਗ੍ਹਾ ਨਹੀਂ ਲੱਭਦੀ, ਅੱਛਾ ਤਾਂ ਤੁਸੀਂ ਮੇਰੇ ਨਾਲ ਲੜੋ ਨਾ, ਮੈਂ ਵਗ ਜਾਣਾ। ਦਫਾ ਹੋ ਜਾ, ਚੱਲ ਨਿਕਲ ਨਿਕਲ ਬਾਹਰ। ਇਸ਼ਾ ਸਾਡੀ ਜਵਾਬ ਦੇ ਦੇ ਦੁਬਾਰਾ ਨਜ਼ਰ ਨਾ ਆਈ ਨਹੀਂ ਤਾਂ ਤੇਰੇ ਮੈਂ ਟੋਟੇ ਟੋਟੇ ਕਰ ਦੇਣੀ। ਓ ਨਹੀਂ ਅੰਦਾ, ਹੁਣ ਮੱਠੀ ਹੋ ਜਾ। ਮੱਠੀ ਹੋ ਜਾ, ਚਮੜ ਜਹਾਨ ਦੀ ਨਾ ਹੋਵੇ। ਚਲੋ ਜੀ ਚੱਲ। ਬੜਾ ਕੋ ਬਦਤਮੀਜ਼ ਆ। ਮੈਂ ਕਿਹਾ ਜੀ ਤੁਸੀਂ ਅੱਛੀ ਨੂੰ ਨਸੀਹਤ ਦਿੱਤੀ, ਹੁਣ ਦੁਬਾਰਾ ਉਹ ਕਦੀ ਨਹੀਂ ਆਏਗਾ। ਉਹ ਬਦਤਮੀਜ਼ੀ ਕਰਦਾ ਚਮੜ ਇਨਸਾਨ। ਇਹ ਬਾਹਰ ਜੱਟੀ ਦੁਬਾਰਾ ਕਿਦਾ ਮੁੜ ਕਮੜਾ ਕੋਏ ਅੰਦਾ ਨੇ ਦੋਵੇਂ ਜੀ। ਦੀ ਭੈਣ ਤੈਨੂੰ ਕੀ ਦੱਸਾਂ, ਉਹ ਜਿਹੜਾ ਪੂਤਣਾ ਨਹੀਂ ਹੈਗਾ ਸਾਡੀ ਜਵਾਰ ਤਰਕਾਈ ਜਾਂਦਾ ਸੀ ਉਹਨੂੰ ਬਾਹਰ ਕੱਢੇ। ਚਲੋ ਠੀਕ ਹੈ ਮਾਈ ਸਾਹਿਬ, ਅੱਜ ਦੀ ਦਿਹਾੜੀ ਮੈਨੂੰ ਭਵਨ ਦੇ ਆਪ ਦੀ ਵਾਈ ਚ, ਉਸ ਤੋਂ ਬਾਅਦ ਮੈਂ ਨਮਸਾ ਤੇ ਰਿਹਾ। ਮਜਬੂਰੀ ਵਿਖੀਂਦੀ ਹੈ, ਆ ਵੇਖ ਲਾ ਕੰਮ ਬੜਾ ਖਰਾਬ ਹੋਇਆ ਖਲਾ। ਬਾਹਰ ਨਿਕਲਿਆ ਚਪਲਾ, ਤੈਨੂੰ ਮੇਰੀ ਪੈਲੀ ਲੱਭੀ ਗੰਦ ਮਾਰਨ ਨੂੰ? ਪੁੱਛ ਲੈਣਾ ਮੈਂ ਤੈਨੂੰ, ਤੇਰੀਆਂ ਲੱਤਾਂ ਨਾ ਬੰਨੀਆਂ ਤਾਂ। ਬੌਕੀ ਰੱਖ, ਮੇਰਾ ਕੰਮ ਨੇੜੇ ਲੱਗਾ ਖਲਾ। ਉਹ ਤੈਨੂੰ ਸੁਣੀਂਦਾ ਨੀ ਪਿਆ, ਜ਼ਲੀਲ ਦੇ ਬੱਚੇ ਬਾਹਰ ਨਿਕਲ, ਤੈਨੂੰ ਸਮਝ ਨਹੀਂ ਆਉਂਦੀ ਪਈ? ਇਸ ਟਾਈਮ ਕੋਈ ਸਮਝ ਨਹੀਂ ਆ ਰਹੀ। ਉਹ ਬਾਹਰ ਆ ਜਾ, ਮੈਂ ਵੱਟੇ ਮਾਰ ਮਾਰ ਕੇ ਨਾ ਤੇਰਾ ਸਿਰ ਪਾੜ ਦੇਣਾ। ਤੂੰ ਮੈਨੂੰ ਨਹੀਂ ਜਾਣਦਾ ਬੰਦਾ, ਮੈਂ ਬੜਾ ਕੁੱਤਾ ਜਿਹਾ। ਬੰਦਾ ਤੂੰ ਵਾਕਿਆ ਕੁੱਤਾ ਜਿਹਾ, ਲੇਕਿਨ ਮਾਲੀ ਬਾਹਰ ਨਹੀਂ ਆ ਸਕਦਾ, ਮੇਰੀ ਕੰਡੀਸ਼ਨ ਸਾਰੀ ਫਲੈਕਚਰ ਕੋਈ ਪਈ। ਉਹ ਚੀਮਿਆ, ਮੈਨੂੰ ਲੱਗਦਾ ਇਹਨੇ ਇਸੇ ਤਰ੍ਹਾਂ ਨਹੀਂ ਨਿਕਲਣਾ, ਇਹਨੂੰ ਹੁਣ ਵੱਟੇ ਮਾਰਨੇ ਹੀ ਪਏ ਸਣ ਮੈਨੂੰ। ਕੀ ਹਾਲ ਹੈ ਚੀਮਿਆ? ਗੰਦ ਮਾਰਾ ਹੈ? ਹਾਂ ਗੰਦ ਮਾਰਿਆ। ਲੋਟਾ ਥੱਲੇ ਰੱਖ, ਲੋਟਾ ਥੱਲੇ ਰੱਖ ਲੈਣਾ, ਫੱਦੇ ਨਾ ਹੱਥ ਸੱਟ। ਚਬਲ ਜਾ, ਮੈਂ ਚਬਲ ਤੇਰੇ ਵਾਸਤੇ ਹੈ? ਕੀ ਆਣਾ ਮੈਨੂੰ? ਉਹ ਮੈਂ ਤੈਨੂੰ ਕੀ ਆਖਣਾ ਜਨਾਬ, ਮੈਂ ਤੈਨੂੰ ਆਖਿਆ ਮੇਰੇ ਹੱਥ ਦੁਆ ਚ। ਮੇਰੀ ਗੱਲ ਸੁਣ ਲਾ, ਕੀ ਤੇਰੀਆਂ ਮੁੱਛਾਂ ਨੇ ਹਿੱਟਣ ਵਾਲੀਆਂ? ਉੱਥੇ ਚੱਲ ਤੇ ਗੰਦ ਪਾ ਚੋਲੀ ਚ, ਤੇ ਇਜ਼ਤ ਨਾਲ ਤੂੰ ਚਾਹ ਕੇ ਨਿਕਲ ਜਾ। ਮੈਂ ਗੰਦ ਕਿਉਂ ਚਾਵਾਂ, ਜ਼ਮੀਨ ਤੇਰੀ ਹੈ, ਤੂੰ ਗੰਦ ਸੰਭਾਲ ਆਪਦਾ। ਅੱਛਾ ਗੰਦ ਪਾਵੇ ਤੂੰ ਤੇ ਚੁੱਕਾ ਮੈਂ, ਤੂੰ ਮੈਨੂੰ ਬਗੈਰਤ ਸਮਝੀ ਖੜਾ? ਇਹ ਗੰਦ ਮੈਂ ਨਾ ਚਾਵਾਂ ਤੇ ਤੂੰ ਮੇਰਾ ਕੀ ਕਰ ਲਈ? ਦੱਸਾਂ ਮੈਂ ਤੈਨੂੰ, ਗੱਲ ਸੁਣ ਲਾ ਮੇਰੀ,
ਇਹ ਗੰਦ ਭਾਵੇਂ ਸ਼ਰਾਫਤ ਨਾਲ ਚੁੱਕ ਲਾ ਤੇ ਭਾਵੇਂ ਮੇਰੀ ਬਦਮਾਸ਼ੀ ਨਾਲ ਚੁੱਕ ਲਾ, ਇਹ ਤੈਨੂੰ ਗੰਦ ਚੁੱਕਣਾ ਹੀ ਪੈਣਾ। ਨਾ ਮੈਂ ਬਦਮਾਸ਼ੀ ਨਾਲ ਚੰਦਾ, ਨਾ ਮੈਂ ਸ਼ਰਾਫਤ ਨਾਲ ਚੰਦਾ। ਮੈਂ ਘਰ ਜਾਂਦਾ ਪਿਆ ਤੇ ਤੂੰ ਇੱਜ਼ਤ ਨਾਲ ਮੇਰਾ ਲੋਟਾ ਘਰ ਪਹੁੰਚਾ ਚ। ਮੈਨੂੰ ਚੂੜਾ ਸਮਝੇ, ਮੈਂ ਲੋਟਾ ਤੇਰਾ ਘਰ ਪਹੁੰਚਾ ਦੇ। ਓ ਨਗਰ ਆਲੂ ਮੇਰੇ ਮਾਂ ਬਣ ਚੱਡੇ ਜਾਲੇ ਮਾਂ, ਮਾਂ ਤੇਰੀ ਭੱਜ ਗਈ। ਚਲ ਚਲ ਲੋਟਾ ਤੇ ਭੱਜ ਕਰ। ਬਗੈਰਤ ਬੰਦਾ, ਹੋਰ ਜਗ੍ਹਾ ਨੀ ਲੱਭੀ, ਮੇਰੀ ਜਗ੍ਹਾ ਲੱਭੀ ਤੈਨੂੰ ਗੰਦ ਮਾਰਨ। ਚੰਗਾ ਬਿਲ ਰਹਿੰਦੇ ਪਿਆ ਸੀ ਕੋਠੀ ਵਿੱਚ ਤੇ ਏਸੀ ਵਿੱਚ, ਇੱਥੇ ਲੈ ਆਉਂਦਾ ਹੀ ਤਿੰਨ ਤਿੰਨ ਘੰਟੇ ਬੱਤੀ ਜਾਂਦੀ ਤੇ ਆਵਾਂ ਤਾਂ ਨਾ ਹੀ ਨਹੀਂ ਲੈਂਦੀ ਹੈਗੀ, ਤੇ ਗਰਮੀ ਦੇ ਵਿੱਚ ਮਰਦੀ ਬੈਠੀ ਹਾਂ ਮੈਂ ਤਾਂ ਉਂਝੀ। ਓਏ ਹੋਏ ਬੇਗਮ, ਉਹ ਖਿਆਈ ਨਾਲ ਸੁਖਿਆਈ ਹੁੰਦੀ, ਪਹਿਲੇ ਬੰਦਾ ਔਖਾ ਹੁੰਦਾ ਉਸ ਤੋਂ ਬਾਅਦ ਸੌਖਾ ਹੁੰਦਾ, ਜਿਵੇਂ ਮਸਲਨ ਜ਼ਿਮੀਦਾਰ ਹੈ, ਪਹਿਲੇ ਹਲ ਵਾਹੁੰਦਾ ਫਿਰ ਉੱਤੇ ਜਾ ਕੇ ਬੀਜ ਬੋਦਾ, ਫਿਰ ਉਹਨੂੰ ਪਾਣੀ ਲਾਉਂਦਾ, ਫਿਰ ਖਾਦ ਲਾਉਂਦਾ, ਫਿਰ ਉਸ ਤੋਂ ਬਾਅਦ ਫਸਲ ਜਵਾਨ ਹੁੰਦੀ ਹੈ, ਫਿਰ ਜਾ ਕੇ ਕਿਧਰੇ ਫਲ ਪੱਕਦਾ ਤੇ ਉਹਨੂੰ ਮਿਲਦਾ। ਆਪਾਂ ਨੂੰ ਫਲ ਕਦੋਂ ਮਿਲ ਸੀ? ਆਪਾਂ ਨੂੰ ਆ ਫਲ ਮਿਲਿਆ ਖਲੋਤਾ। ਓਏ ਭੂਤੜੀਆਂ, ਸਾਰੇ ਇਨਸਾਨ ਬਰਾਬਰ ਹੁੰਦੇ ਨੇ, ਉੱਥੇ ਮੰਜੀ ਉੱਤੇ ਬਹਿ। ਨਹੀਂ ਸਾਹਿਬ ਜੀ, ਮੈਂ ਥੋੜੀ ਦੇਰ ਪਹਿਲਾਂ ਤੇਰੀ ਸ਼ਾਨ ਨੇ ਗੁਸਤਾਖੀ ਕੀਤੀ। ਕੋਈ ਗੱਲ ਨਹੀਂ, ਮੁੜ ਕੇ ਉਹਦੀ ਸਜ਼ਾ ਵੀ ਤਾਂ ਭੁਗਤੀ ਬੈਠਾ ਹੈ। ਕੀ ਸਜ਼ਾ ਭੁਗਤੀ ਬੈਠਾ? ਮੇਰਾ ਆਖਣ ਦਾ ਮਤਲਬ ਹੈ ਕਿ ਅਸੀਂ ਜਿਹੜੇ MP MNA ਹੁੰਦੇ ਹਾਂ ਨਾ, ਇਹ ਮਸਕੀਨ ਜਿਹੇ ਲੋਕ ਹੁੰਦੇ, ਤੇ ਜਿਹੜਾ ਇਹਨਾਂ ਦੇ ਨਾਲ ਕੋਈ ਹੱਥ ਕਰਦਾ ਉਹਦੇ ਨਾਲ ਡਬਲ ਹੱਥ ਹੋ ਜਾਂਦਾ। ਮੈਂ ਤਾਂ ਤੇਰੇ ਦਿਲ 'ਚ ਹੋਵੇ ਨਾ, ਮੈਂ ਇਹਨੂੰ ਪਲੂਤਾ ਕੱਢਿਆ ਤੇ ਇਹਦੀ ਬਾਂਹ ਤਾਂ ਵੱਜੀ ਹੈ। ਤੇਰੀ ਗਲਤ ਗੱਲ ਹੈ, ਇਹ ਮੇਰੀ ਬਾਂਹ ਚੀਮੇ ਬੰਨੀ ਹੈ। ਮੈਨੂੰ ਇਸ ਗੱਲ ਦਾ ਪਤਾ ਹੈਗਾ। ਅੱਛਾ, ਕਰ ਤੈਨੂੰ ਨਹੀਂ ਪਤਾ ਕਿਸੇ ਗੱਲ ਦਾ? ਚੀਮੇ ਬੰਨੀ ਹੈ, ਚੀਮੇ ਨਾਲ ਅਸੀਂ ਹੁਣੇ ਕਰ ਲੈਂਦੇ ਹਾਂ, ਮੰਜੀ ਦੇ ਉੱਤੇ ਬਾਹ। ਅੱਛਾ, ਮੰਜੀ ਦੇ ਤੇ ਬਹਿ ਜਾਣਾ ਸਾਹਿਬ ਜੀ। ਤੂੰ ਮੇਰੀ ਬਾਂਹ ਦਾ ਬਦਲਾ ਨਾ ਲਿਆ, ਤੂੰ ਮੁੜ ਮੇਰਾ ਯਾਰ ਨਹੀਂ, ਤੂੰ ਹਰਾਮ ਦਾ ਉਸ ਹੈ। ਸਭ ਕਰ। ਓਏ ਵੈਸੇ ਐਂ ਕਰ ਦੇਈਦਾ ਹੁੰਦਾ, ਐਵੇਂ ਦੀ ਗਾਲ ਨਹੀਂ ਪਾਈਦੀ ਹੁੰਦੀ। ਦੱਸ ਤੇਰੀ ਬਾਂਹ ਕਿਵੇਂ ਵੱਜੀ ਹੈ? ਉਹ ਬਾਂਹ ਮੇਰੀ ਜਿਵੇਂ ਵੱਜੀ ਹੈ ਮੈਂ ਤੈਨੂੰ ਦੱਸਣਾ। ਮੈਂ ਗਿਆ ਚੀਮੇ ਦੀ ਵਾਹੀ ਵਿੱਚ ਪਿਸ਼ਾਬ ਕਰਨ, ਉੱਤੋਂ ਉਹ ਆ ਗਿਆ, ਮੈਨੂੰ ਆਂਦਾ ਪਿਸ਼ਾਬ ਚਾ ਕੇ ਬਾਹਰ ਸੱਟ। ਮੈਂ ਕਿਹਾ ਮੈਂ ਨਹੀਂ ਸਟੇਂਦਾ, ਉਹਨੂੰ ਕਾਵੜ ਚੜੀ, ਉਸ ਮੇਰੀ ਬਾਂਹ ਬੰਨ ਛੱਡੀ। ਬਾਂਹ ਵੱਜਣ ਤੋਂ ਬਾਅਦ ਤੂੰ ਹੱਥ ਧੋ ਕੇ ਵੀ ਆਇਆ ਕਿ ਐਵੇਂ ਹੀ ਆ ਗਿਆ? ਓਏ ਤੂੰ ਹੱਥ ਧੋਣ ਦੀ ਗੱਲ ਕਰਨਾ, ਉਵੇਂ ਤਾਂ ਮੈਂ ਨਾ ਕੇ ਆਇਆ ਬੈਠਾ। ਚੰਗਾ ਕੀਤਾ ਜਿਹੜਾ ਨਾ ਕੇ ਆਇਆ, ਤੇ ਹੁਣ ਵੱਜ ਕੇ ਜਾ, ਸਾਰੇ ਪਿੰਡ ਵਾਲਿਆਂ ਨੂੰ ਇੱਥੇ ਇਕੱਠਿਆ ਕਰ, ਚੀਮੇ ਨੂੰ ਵੀ ਸੱਦ ਕੇ ਲੈ ਕੇ ਆ, ਫੈਸਲਾ ਤੇਰਾ ਮੈਂ ਇੱਥੇ ਕਰਾਂਗਾ। ਜ਼ਿੰਦਾਬਾਦ ਮੇਰਾ ਰਮਜੀ, ਜ਼ਿੰਦਾਬਾਦ ਜ਼ਿੰਦਾਬਾਦ। ਆਵਾਂ ਨਾਲ MPA ਜ਼ਿੰਦਾਬਾਦ ਜ਼ਿੰਦਾਬਾਦ। ਹੁਣ ਤੂੰ ਜਿੱਤ ਜਾਸੇ, ਮੈਂ ਤੇਰੇ ਨਾਲ ਆ। ਹਾਂ, ਇਹਨੂੰ ਸਿਆਸਤ ਆਖਦੇ ਨੇ ਬੇਗਮ। ਆਪ ਹੀ ਰੋਲਾ ਪਵਾਓ, ਆਪ ਹੀ ਰੋਲਾ ਮੁਕਾਓ, ਇਹਨਾਂ ਗਰੀਬਾਂ ਦੇ ਵਿੱਚ ਰਵਾਂਗੇ, ਇਹਨਾਂ ਦੇ ਪਰੇਸ਼ਾਨੀਆਂ ਨੂੰ, ਇਹਨਾਂ ਦੀ ਨਿੱਕੇ ਨਿੱਕੇ ਉਲਝਣਾਂ ਨੂੰ ਪੜਾਂਗੇ, ਤੇ ਫਿਰ ਮਾਮਲੇ ਹੱਲ ਕਰਾਂਗੇ, ਤੇ ਤਾਂ ਜਿਹੜਾ ਹੈ ਅਗਲਾ ਐਕਸ਼ਨ ਆਪਾਂ ਜਿੱਤ ਸਕਦੇ ਹਾਂ, ਨਹੀਂ ਤਾਂ ਇਸ ਵਾਰੀ ਮੁੜ ਪੈਸੇ ਜ਼ਾਇਆ ਹੋ ਜਾਣਾ। ਰਮਜੀ ਵਾਕਈ ਤੇ ਬੜਾ ਅਕਲਮੰਦ ਸ਼ਖਸ ਹੈਗਾ, ਆਪੇ ਉਹਦੀ ਬਾਂਹ ਤੁੜਾ ਕੇ ਤੇ ਆਪੇ ਉਹਨੂੰ ਪਿਆਰ ਨਾਲ ਸਾਧ ਲਿਆ, ਸਾਰਿਆਂ ਨੂੰ ਮੈਂ ਇਹ ਗੱਲ ਮੁਕਾਨਾ। ਹਾਂ, ਜਿਵੇਂ ਜਿਹੜੀ ਬੰਨੀਆਂ ਨਾ ਤੋਏ ਭੂਤਨੇ ਦੀ ਬਾਂਹ, ਉਹ ਹੁਣ ਰਲ ਗਿਆ MPA ਨਾਲ, ਤੇ ਉਹਨਾਂ ਦੋਵਾਂ ਜਿਹਨੇ ਰਲ ਕੇ ਤੇਰੇ ਤੇ ਕਰਾਣਾ ਹੀ ਪਰਚਾ, ਤੂੰ ਪੁਲਸਾਂ ਦੀਆਂ ਡਾਂਗਾ ਖਾਣ ਵਾਸਤੇ ਤਿਆਰ ਹੋ ਜਾ। ਤਿਆਰ ਹੋ ਜਾ, ਮੇਰੀ ਉਹਨੇ ਪੈਲੀ ਕੋਲ ਕਰਤੀ ਅੰਮਾ ਸਾਬਰਾ, ਮੈਂ ਉਹਨੂੰ ਮਾਰਾਂ ਨਾ, ਹੋਰ ਕੀ ਕਰਾਂ? ਰੋ ਕੇ ਚੁੱਪ ਕਰ, MPA ਹੁੰਦਾ ਪਿਆ ਨਾ ਜਗਾ ਆਵਣ ਦੇ, ਰਵੇ ਲੱਗਦੀ MPA ਸਾਹਿਬ, ਵੱਡਾ MPA ਤਾਂ ਵੇਖ ਅਸੀਂ ਜਾ ਕੇ ਗੁਰੂ ਜਾ ਕੇ ਖਾਂਦੇ ਹਾਂ, ਏਡਾ MPA ਹੈ ਨਾ, ਤੂੰ ਉਹਨੂੰ ਖੁਰੇ ਬਣਾ ਦੇਵੇ, ਵਾਸ਼ਰੂਮ ਬਣਾ ਦੇਵੇ, ਨਾ ਜਾ ਕੇ ਲੋਕਾਂ ਦੀ ਵਾਹੀਆਂ ਤਰਕਾਵੇਂ। ਸਹੀ ਗੱਲ ਹੈ ਬਾਜੀ ਸਾਬਰਾ ਦੀ, MPA MPA, ਮੈਂ ਵੇਖਿਓ ਕਿੰਨੇ ਸਾਰਾ MPA ਹੈ। ਮੈਂ ਤਾਂ ਧੱਕਾ ਦਿੱਤਾ ਤਾਂ ਦਿਬਾਹ ਟੁੱਟ ਗਈ, ਮੈਂ ਕੋਈ ਜਾਣ ਕੇ ਤੋੜੀ ਟੁੱਕੋ MPA ਦੇ ਘਰ ਕੋਈ ਨਹੀਂ ਪੱਕਦਾ, ਤੇ ਵੱਡਾ MPA ਤਾਂ ਵੇਖ ਬਣਿਆ ਵਾਦਾ। ਚਲੋ ਪਰੇਸ਼ਾਨ ਨਾ ਹੋ, ਆ ਜਾਂਦਾ, ਪਤਾ ਲੱਗ ਜਾਂਦਾ ਹੈ, ਤੂੰ ਆਵਣ ਦੇਗਾ। ਰਮਜੀ ਸਾਹਿਬ, ਨਾਰੇ ਨੂਰੇ ਤੁਹਾਡੇ ਤੁੰਨ ਤੇ ਲਵਾਈ ਰੱਖਾਂ। ਪੁੱਤਰ, ਜੇ ਕੋਈ ਮੌਕਾ ਮਹਿਲ ਬਣੇ ਤੇ ਮੋੜ ਨਾਰੇ ਲਵਾ ਦੇਵੀ, ਜੇ ਮੌਕਾ ਮਹਿਲ ਨਾ ਬਣੇ ਤੇ ਮੋੜ ਨਾਰੇ ਨਾ ਲਵਾਂਗੇ। ਮੇਰਾ ਸਰਦਾਰ ਰਮੀਜ਼ ਖਾਨ ਪਠਾਨ ਜੋਈਆ ਵੜੈਚ, ਆਖੋ ਜ਼ਿੰਦਾਬਾਦ। ਜ਼ਿੰਦਾਬਾਦ ਜ਼ਿੰਦਾਬਾਦ।
चुप कर ए जिंदाबाद ओ अल्लाह पाक दी जात है ओ हयल कयूम है ओ जिन्नु फना कोई नहीं ओ असी ते मिट्टी दे विच मिल जाना है असी फना हो जाना साडियां कब्रां बन जानियां ने ओना कब्रां उत्ते किसे पता नहीं फातिहा भी पढ़नी है कि नहीं पढ़नी पर अल्लाह पाक दी जात हयल कयूम है ओनु कदी फना नहीं आने ओ है जिंदाबाद जिंदाबाद रवीर खान पठान जो या बड़ा जिंदाबाद। लो जी भूतना साहब बैठो तुसी भी बैठो। ए भूतने दी परेशानी मैं समझना ए खेतां विच गया है इनू वाशरूम दी लोड़ है ਤੁਹਾਨੂੰ ਸਾਰਿਆਂ ਨੂੰ ਇੱਕ ਇੱਕ ਵਾਸ਼ਰੂਮ ਦੀ ਲੋੜ ਹੈ ਅਗਰ ਤੁਹਾਡੇ ਕੋਲ ਵਾਸ਼ਰੂਮ ਹੋਵੇ ਤੁਸੀਂ ਦੂਸਰਿਆਂ ਦੀਆਂ ਫਸਲਾਂ ਵਿੱਚ ਨਾ ਜਾਓ ਨਾ ਤੁਹਾਡੀਆਂ ਆਪਸ ਵਿੱਚ ਲੜਾਈਆਂ ਪਵਣ ਨਾ ਫਸਾਦ ਪਵਣ ਮੈਂ ਇਸ ਜਗ੍ਹਾ ਤੇ ਤੁਹਾਡੇ ਕੋਲ ਇਸ ਬਸਤੀ ਵਿੱਚ ਰਹਿਣ ਵਾਸਤੇ ਇਸੇ ਵਾਸਤੇ ਆਇਆ ਕਿ ਤੁਹਾਡਾ ਅਮਨ ਕਾਇਮ ਰਵੇ ਤੁਹਾਡੇ ਦਰਮਿਆਨ ਵਿੱਚ ਕੋਈ ਲੜਾਈ ਝਗੜਾ ਨਾ ਹੋਵੇ ਤੁਸੀਂ ਅਮਨ ਵਿੱਚ ਰਹੋ ਆਏ ਹੁੰਦੀ ਹੈ ਆਵਾਮ ਦੀ ਖਿਦਮਤ ਉਹ ਮੇਰਾ ਸਰਦਾਰ ਐਮ ਪੀ ਸਾਹਿਬ ਹਰ ਬੰਦੇ ਨੂੰ ਲੈਟਰੀਨ ਬਣਾ ਕੇ ਦੇ ਹੋਏ ਓਏ ਤੈਨੂੰ ਕਾਹ ਆਖਿਆ ਹੈ ਚੁੱਪ ਕਰ ਓਏ ਦੋਸਤੋ ਓਏ ਮੈਂ ਤਿੰਨ ਵਾਰੀ ਇਲੈਕਸ਼ਨ ਹਰਿਆ ਤੇ ਲੱਖਾਂ ਕਰੋੜਾਂ ਰੁਪਈਏ ਲਾ ਕੇ ਤੇ ਮੈਂ ਤਾਂ ਆਪ ਤੁਹਾਡੇ ਵਰਗਾ ਗਰੀਬ ਹੋ ਕੇ ਇੱਥੇ ਗਰੀਬਾਂ ਦੇ ਵਿੱਚ ਰਵਣ ਆਇਆ ਜੇ ਅਗਰ ਮੇਰੇ ਵਿੱਚ ਤਾਕਤ ਹੁੰਦੀ ਤੇ ਮੈਂ ਹਰ ਘਰ ਦੇ ਵਿੱਚ ਲੈਟਰੀਨ ਬਣਵਾ ਕੇ ਦਿੰਦਾ ਔਰ ਤੁਹਾਡੇ ਮਕਾਨਾਂ ਦੀਆਂ ਛੱਤਾਂ ਵੀ ਪਾ ਕੇ ਦਿੰਦਾ ਤੁਹਾਨੂੰ ਡਬਲ ਮੰਜ਼ਿਲਾ ਮਕਾਨ ਬਣਾ ਕੇ ਦਿੰਦਾ ਲੇਕਿਨ ਹਾਲੀ ਮੇਰੀ ਗੁੰਜਾਇਸ਼ ਨਹੀਂ ਜਦੋਂ ਮੈਂ ਇਲੈਕਸ਼ਨ ਜਿੱਤਾਂਗਾ ਇਨਸ਼ਾਅੱਲਾ ਪੱਕੀਆਂ ਸੜਕਾਂ ਤੇ ਤੁਹਾਡੇ ਮਕਾਨ ਵੀ ਪੱਕੇ ਕਰਾ ਦਿਆਂਗਾ ਓਏ ਐਮ ਪੀ ਸਾਹਿਬ ਜਿਸ ਤਰ੍ਹਾਂ ਸਾੜੀਆਂ ਆਪਸ ਵਿੱਚ ਲੜਾਈਆਂ ਪਈਆਂ ਜਾਂਦੀਆਂ ਇਸ ਤਰ੍ਹਾਂ ਤੱਕ ਬੰਦਾ ਮਾਰ ਜਾ ਸੀ ਕਮ ਸੇ ਕਮ ਚੌਕ ਦੇ ਵਿੱਚ ਇੱਕ ਲੈਟਰੀਨ ਤੇ ਬਣਾ ਦਿਓ ਐਮ ਪੀ ਸਾਹਿਬ ਕੂਕੀ ਸਹੀ ਆਖ ਰਿਹਾ ਔਖਾ ਸੌਖ ਹੋ ਕੇ ਇੱਕ ਲੈਟਰੀਨ ਬਣਾਓ ਅਗਰ ਮੇਰੀ ਬਾਂਹ ਭਾਜ ਸਕਦੀ ਤਾਂ ਬੰਦਾ ਹੀ ਤਾਂ ਮਾਰ ਸਕਦਾ ਹੈ ਮੇਰੇ ਕੋਲ ਕੋਈ ਜਾਦੂ ਦਾ ਚਿਰਾਗ ਹੈ ਜਿਹੜਾ ਮੈਂ ਤੁਹਾਨੂੰ ਜਲਦੀ ਜਲਦੀ ਲੈਟਰੀਨ ਬਣਾ ਕੇ ਦੇਸਾਂ ਜਾਓ ਇੱਕ ਘੰਟੇ ਦੇ ਵਿੱਚ ਜੇ ਲੈਟਰੀਨ ਬਣਦੀ ਨੇ ਤਾਂ ਬਣਾ ਲਓ ਖਰਚਾ ਮੈਂ ਕਰ ਦੇਸਾਂ ਐਮਪੀਏ ਸਾਹਿਬ ਸੋਚੋ ਵੀ ਇੱਕ ਘੰਟੇ ਬਾਥਰੂਮ ਬਣ ਸਕਦਾ ਇਹ ਤਾਂ ਨਾ ਬਣਾਉਣ ਵਾਲੀ ਗੱਲ ਹੋਈ ਨਾ ਇੱਥੇ ਲੱਤਾਂ ਭਾਈ ਟੁੱਟਦੀਆਂ ਰਹਿਣੀਆਂ ਨੇ ਇੱਥੇ ਸਕੂਨ ਕੋਈ ਨਹੀਂ ਹੋਣਾ ਚੁੱਪ ਕਰ ਵੇ ਛੁਆਰ ਆ ਮੇਰਾ ਬਾਥਰੂਮ ਬਣਿਆ ਹੋਇਆ ਜੀ ਬੜਿਆ ਬਣਾਇਆ ਲਾ ਲੈ ਤੇ ਪੈਸੇ ਹੋਰ ਮੈਨੂੰ ਦੇਵੋ ਠੀਕ ਹੈ ਇਹ ਮਾਈ ਸਾਹਿਬ 1.5 ਲੱਖ ਰੁਪਈਆ ਤੁਹਾਨੂੰ ਮੈਂ ਦੇ ਦੇਸਾਂ ਤੇ ਤੁਹਾਡੀ ਇਹ ਲੈਟਰੀਨ ਆਮ ਆਵਾਮ ਵਾਸਤੇ ਇਸਤੇਮਾਲ ਵਾਸਤੇ ਛੱਡ ਦਿੱਤੀ ਜਾਵੇਗੀ ਹਰ ਖਾਸੋ ਆਮ ਜਿਹੜਾ ਲੈਟਰੀਨ ਇਸਤੇਮਾਲ ਕਰ ਸਕਦਾ ਮੇਰੀ ਗੱਲ ਸੁਣ ਇੱਕ ਇੱਕ ਰੁਪਈਆ ਮੈਨੂੰ ਦੁਖਦਾਇਕ ਹੈ ਜਿਹੜਾ ਫਜ਼ੂਲ ਖਰਚਾ ਤੂੰ ਕਰਨਾ ਹੈਗਾ ਤੈਨੂੰ ਕੀ ਲੋੜ ਬਣੀ ਖਲੋਤੀ ਇਹ ਗੱਲ ਕਰਨ ਦੀ ਚੁੱਪ ਕਰ ਇਨਵੈਸਟਮੈਂਟ ਕਰਨੀ ਪੈਂਦੀ ਹੈ ਵੋਟ ਨਹੀਂ ਲੈਣਾ ਐਂਪੀਏ ਸਾਹਿਬ ਮੈਂ 1.5 ਲੱਖ ਰੁਪਈਆ ਦੇ ਤੇ ਆ ਲੈਟਰੀਨ ਲਵੋ ਕੱਟਣ ਦਾ ਬੰਦੋਬਸਤ ਕਰੋ ਜਲਦੀ ਕਰੋ ਫੀਤੇ ਕੱਟਣ ਦਾ ਬੰਦੋਬਸਤ ਮੈਂ ਕਰ ਰਿਹਾ ਚਲੋ ਚਲੋ ਚੱਲ ਕੇ ਫੀਤਾ ਸੈੱਟ ਕਰ ਹੁਣ ਇਫਤਤਾਹ ਹੋਏਗਾ ਸਾਰੇ ਜਹਾਨ ਨੂੰ ਪਤਾ ਲੱਗ ਜਾਏਗਾ ਕਿ ਰਮੀਜ ਖਾਨ ਨੇ ਇੱਥੇ ਵਾਸ਼ਰੂਮ ਬਣਵਾ ਕੇ ਦਿੱਤਾ ਹੈ ਆਵਾਮ ਨੂੰ ਰਮੀਜ ਖਾਨ ਜ਼ਿੰਦਾਬਾਦ 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 ਮੇਰਾ ਸਰਦਾਰ ਰਮੀਜ ਖਾਨ ਜੋਈਆ ਪਠਾਨ ਜੋਈਆ ਵੜੈਚ ਜ਼ਿੰਦਾਬਾਦ ਮੇਰਾ ਸਰਦਾਰ ਰਮੀਜ ਖਾਨ ਜੋਈਆ ਵੜੈਚ ਜ਼ਿੰਦਾਬਾਦ ਮੇਰਾ ਸਰਦਾਰ ਰਮੀਜ ਖਾਨ ਜੋਈਆ ਵੜੈਚ ਜ਼ਿੰਦਾਬਾਦ ਪੀਤਾ ਲਾਓ ਪੀਤਾ ਆਈਲਾ ਮਾਈ ਸਾਬਰਾਂ ਗੱਲ ਸੁਣ ਲਾ ਮੇਰੀ ਆ ਡਰਮ ਆ ਬੱਠਲ ਜੋ ਕੁਝ ਵੀ ਪਿਆ ਇਹ ਅਸੀਂ ਹੁਣ ਤੈਨੂੰ ਕੋਈ ਨਹੀਂ ਚਾਵਣ ਦੇਣਾ ਠੀਕ ਹੈ ਨਾ ਚਾਵਣ ਦੇਵੀ ਫੀਤਾ ਕੱਟਣ ਵਾਸਤੇ ਉਹ ਆ ਮੋਬਾਈਲ ਫੜ ਤੇ ਵੀਡੀਓ ਬਣਾ ਸੋਹਣੀ ਜੀ ਵੀਡੀਓ ਬਣਾ ਫਿਲਟਰ ਲਾ ਕੇ ਠੀਕ ਹੈ ਸਰ ਠੀਕ ਹੈ ਫੌਰੀ ਫੇਸਬੁੱਕ ਤੇ ਵਟਸਐਪ ਤੇ ਹਰ ਪਾਸੇ ਸਟੇਟਸ ਲਾ ਦੇ ਕਿ ਅੱਜ ਰਮੀਜ਼ ਖਾਨ ਇਫਤਤਾਹ ਕਰ ਰਿਹਾ ਲੈਟਰੀਨ ਦਾ ਅੱਛਾ ਆਪਣੇ ਇਫਤਤਾਹ ਕਰਨ ਵਾਸਤੇ ਕੋਈ ਕੈਂਚੀ ਦਾ ਬੰਦੋਬਸਤ ਹੈ ਪਠਾਨ ਰੋਕੋ ਰਮਜੀ ਇਹ ਕੀ ਕਰਦਾ ਪਿਆ
ਅੱਬਾ ਆ ਗਿਆ ਨਹੀਂ ਅੰਮਾ ਰਮਜੀ ਦਾ ਪਿਓ ਆਇਆ ਖਲੋਤਾ ਹੈਗਾ ਮੈਂ ਆਪਣੇ ਕੋਲ ਪੈਸੇ ਲੈ ਲਵਾਂ ਮੈਂ ਹੁਣ ਇੱਦਾਂ ਨਹੀਂ ਪੈਸੇ ਦਿੰਦੀ ਭਾਵੇਂ ਰਮਜੀ ਦਾ ਪਿਓ ਨਹੀਂ ਭਾਵੇਂ ਇਹਦਾ ਦਾਦਾ ਆ ਜਾਵੇ ਤੂੰ ਚੁੱਪ ਕਰਕੇ ਖਲੋ ਚਲੋ ਠੀਕ ਹੈ ਅੰਮਾ ਅੱਬਾ ਜੀ ਆ ਜਾਓ ਮੈਂ ਅੱਜ ਤੁਹਾਡੇ ਪੁੱਤਰ ਨੇ ਐਡਾ ਵੱਡਾ ਕਾਰਨਾਮਾ ਕੀਤਾ ਕਿ ਤੁਹਾਡਾ ਸਿਰ ਫਖਰ ਨਾਲ ਬੁਲੰਦ ਹੋ ਜਾਏਗਾ ਬੁਲੰਦ ਕੀ ਕਾਰਨਾਮਾ ਕੀਤਾ ਪਿੰਡ ਵਾਲਿਆਂ ਨੂੰ ਆ ਲੈਟਰੀਨ ਮੁੱਲ ਲੈ ਕੇ ਦੇ ਦਿੱਤੀ ਹੈ ਹਰ ਖਾਸ ਆਮ ਇਹ ਲੈਟਰੀਨ ਇਸਤੇਮਾਲ ਕਰੇਗਾ ਮੇਰਾ ਪੁੱਤਰ ਸ਼ਹਿਰ ਦੇ ਵਿੱਚ ਨਾ ਦੋ ਗਟਰ ਬਣੇ ਤੇ ਉਹਨਾਂ ਦਾ ਮੈਂ ਇਫਤਾਹ ਕਰਵਾਉਣਾ ਉਹ ਵੀ ਕਰਿਆ ਜਾ ਕੇ ਲੱਖ ਦੀ ਲਾਨਤ ਹੈ ਉਹ ਲੋਕ ਸੱਚੀ ਤੇ ਸਾਫ਼ ਸਿਆਸਤ ਕਰਦੇ ਤੂੰ ਗਟਰਾਂ ਤੇ ਲੈਟਰੀਨਾਂ ਦੀ ਸਿਆਸਤ ਕਰਦਾ ਪਿਆ ਉਹ ਕੋਈ ਹਸਪਤਾਲ ਬਣਾਵੀ ਆ ਓਏ ਅੱਬਾ ਜੀ ਹਸਪਤਾਲ ਵੀ ਬਣਾਈਏ ਤੇ ਉਹਦੇ ਵਿੱਚ ਵੀ ਤਾਂ ਲੈਟਰੀਨਾਂ ਬਣਾਉਣੀਆਂ ਹੀ ਪੈਂਦੀਆਂ ਇਹ ਲੈਟਰੀਨਾਂ ਇਨਸਾਨ ਦੀ ਜ਼ਰੂਰਤ ਹੈ ਜ਼ਰੂਰਤ ਹੈ ਤਾਂ ਲੈਟਰੀਨਾਂ ਦਾ ਇਫਤਤਾਹ ਨਹੀਂ ਕਰੀਦਾ ਹੁੰਦਾ ਤੇ ਨਾ ਵੀਡੀਓ ਬਣਵਾਈ ਦੀ ਹੁੰਦੀ ਓਏ ਆ ਵੀਡੀਓ ਬੰਦ ਕਰ ਦੇ ਵੀਡੀਓ ਬੰਦ ਕਰ ਦੇ ਇਹਨੂੰ ਹੁਣ ਨੈਟ ਤੇ ਨਾ ਚੜਾ ਦੇਵੀਂ ਇਹ ਨੈਟ ਤੇ ਚੜ ਗਈ ਏ ਇਹ ਲਾਈਵ ਚੱਲਦੀ ਪਈ ਏ ਇਹ ਪੂਰੀ ਦੁਨੀਆ ਵੇਖ ਲਈ ਆਪਣੀ ਵੀਡੀਓ ਅੱਛਾ ਲਾਈਵ ਚੱਲਦੀ ਪਈ ਏ ਤੇ ਕੋਈ ਕਮੈਂਟ ਸ਼ਮੈਂਟ ਵੀ ਆਉਂਦੇ ਪੈਣ ਕਮੈਂਟ ਆਉਂਦੇ ਪੈਣ ਪਰ ਸਾਰੀ ਦੁਨੀਆ ਲਾਨਤਾਂ ਪਾਈ ਜਾਂਦੀ ਹਾਂ ਲੱਖ ਲਾਨਤ ਤੇਰੇ ਤੇ ऐसी मजीद फनी वीडियोस देखने के लिए हमारे चैनल रचनावी टीवी को सब्सक्राइब करें।